ਹਾਂ ਕਮਲੀਏ ਕੌਣ ਆਇਆ ਸੀ ਤੂੰ ਮੈਨੂੰ ਉਠਾਇਆ ਵੀ ਨਹੀਂ ਮੰਮੀ ਜੀ ਤੁਸੀਂ ਸੋ ਜਾਓ ਫਿਰ ਮੈਂ ਤੁਹਾਨੂੰ ਉਠਾ ਕੇ ਦੱਸਾਂਗੀ ਕੌਣ ਆਇਆ ਸੀ ਜ਼ਿਆਦਾ ਨਾ ਗੱਲਾਂ ਨਾ ਬਣਾ ਮੈਨੂੰ ਇਹ ਦੱਸ ਕੌਣ ਆਇਆ ਸੀ ਮੰਮੀ ਜੀ ਦੋ ਭਾਈ ਆਏ ਸੀ ਗਲੀ 'ਚ ਮੈਂ ਕਿਹਾ ਕੀ ਕਰਨ ਆਏ ਹੋ ਕਹਿੰਦੇ ਜਿਹੜੇ ਕੁੰਡੀਆਂ ਲਾਉਂਦੇ ਨੇ ਨਾ ਉਹਨਾਂ ਘਰ ਆਪਾਂ ਦੇਖਦੇ ਪਏ ਕੌਣ ਕੁੰਡੀ ਲਾਉਂਦਾ ਮੈਂ ਕਿਹਾ ਆਪਾਂ ਲਾਉਂਦੇ ਹਾਂ ਕੁੰਡੀ ਫਿਰ ਤਾਂ ਸਾਡੇ ਘਰ ਆਓ ਦੇਖੋ ਆਪਾਂ ਰੋਜ਼ ਕੁੰਡੀ ਲਾਉਂਦੇ ਹਾਂ ਮੇਰੇ ਵੱਲ ਦੇਖਣ ਲੱਗ ਗਿਆ ਕਹਿੰਦਾ ਕੁੰਡੀ ਲਾਉਂਦੇ ਹੋ ਮੈਂ ਕਿਹਾ ਹਾਂ ਰੋਜ਼ ਰਾਤੀ ਕੁੰਡੀ ਲਾਉਂਦੇ ਹਾਂ ਆਪਾਂ ਦੇਖਾਂ ਫਿਰ ਨਾ ਫੋਨ ਕਰਨ ਲੱਗ ਗਿਆ ਉੱਧਰ ਜਾ ਕੇ ਮੈਂ ਸੁਣ ਲਿਆ ਕਹਿੰਦਾ ਆਪੇ ਕਹਿੰਦੇ ਭੈਣੇ ਆਪਾਂ ਕੁੰਡੀ ਲਾਉਂਦੇ ਹਾਂ ਇੱਧਰ ਆ ਜਾਓ ਗੱਡੀ ਲੈ ਕੇ ਉਹਨਾਂ ਗੱਡੀ ਲੈਣ ਗਏ ਨਾ ਗੋਗੀ ਹੈ ਜੀ ਇਹ ਗੱਡੀ 'ਚ ਬਿਠਾ ਕੇ ਝੂਟਾ ਦੇਣਗੇ ਤੈਨੂੰ ਗੋਗੀ ਜੀ ਬਿਜਲੀ ਵਾਲੇ ਸੀ ਉਹ ਲੱਗੀ ਤੂੰ ਇੱਥੇ ਝੂਟੇ ਕਰਨ ਇੱਥੇ ਕਿਉਂ ਉਹ ਬਿਜਲੀ ਵਾਲੇ ਆਏ ਸੀ ਉਹ ਜਿਹੜੇ ਬਿਜਲੀ ਵਾਲੀ ਕੁੰਡੀ ਲਾਉਂਦੇ ਨਾ ਉਹਨਾਂ ਨੂੰ ਵੇਖਦੇ ਪਏ ਨੇ ਉਹ ਵੀ ਕਿੰਨੇ ਬਿਜਲੀ ਦੀ ਕੁੰਡੀ ਹੁੰਦੀ ਬਟਨ ਨਾਲ ਬੰਦ ਹੁੰਦੀ ਹੈ ਬਟਨ ਨਾਲ ਨਹੀਂ ਬੰਦ ਹੁੰਦੀ ਉਹ ਮੀਟਰ ਆਪਣਾ ਬੰਦ ਕਰਕੇ ਤੇ ਉਹਨਾਂ 'ਚ ਕੁੰਡੀਆਂ ਲਾ ਲੈਂਦੇ ਨੇ ਡਾਇਰੈਕਟ ਅੱਛਾ ਉਹਨਾਂ ਨੂੰ ਕਹਿੰਦੇ ਨੇ ਕੁੰਡੀ ਹਾਂ ਇਹ ਥੋੜੀ ਕਿ ਗੇਟ ਦੀ ਕੁੰਡੀ ਲਾ ਲਈ ਤੈਨੂੰ ਕਹਿੰਦੇ ਨੇ ਕੁੰਡੀ ਹੁਣ ਕੀ ਕਰਾਂ ਹੁਣ ਕੀ ਕਰਨਾ ਤੈਨੂੰ ਨਹੀਂ ਪਤਾ ਲੱਗਦਾ ਹੈਗਾ ਗੱਡੀ ਲੈਣ ਗਏ ਨੇ ਝੂਟਾ ਤੇ ਦੇ ਦੇਣਗੇ ਗੱਡੀ 'ਚ ਬਿਠਾ ਕੇ ਦੇਣਗੇ ਤੈਨੂੰ ਝੂਟਾ ਉਹਨਾਂ ਨੂੰ ਬਿਠਾਣਗੇ ਉਹ ਜਿਹੜੀ ਕੁੰਡੀਆਂ ਲਾਉਂਦੇ ਨੇ ਦੱਸਾਂ ਤੈਨੂੰ ਕਿਧਰੇ ਅਸੀਂ ਵੀ ਲਾਉਂਦੇ ਹਾਂ ਕੁੰਡੀ ਰੋਜ਼ ਰਾਤ ਨੂੰ ਅਸੀਂ ਤੇ ਆਹ ਕੁੰਡੀ ਗੇਟ ਦੀ ਕੁੰਡੀ ਲਾਉਂਦੇ ਹਾਂ ਹਾਂ ਇਹ ਵਾਲੀ ਤੇ ਕਿਹਾ ਸੀ ਮੈਂ ਤੇ ਅਸੀਂ ਬਿਜਲੀ ਵਾਲੀ ਥੋੜੀ ਲਾਉਂਦੇ ਹਾਂ ਉਹਨਾਂ ਦੇ ਬਿਜਲੀ ਵਾਲੀ ਸਮਝਿਆ ਮੈਂ ਦੱਸ ਕੇ ਆਉਂਦੀ ਹਾਂ ਤੂੰ ਇੱਧਰ ਆ ਜਾ ਹੁਣ ਚੱਲ ਤੂੰ ਅੰਦਰ ਆਣਗੇ ਤੇ ਮਾਪੇ ਦੇਖ ਲਾਂਗੀ ਹੁਣ ਕਹਾਂਗੇ ਅਸੀਂ ਨਹੀਂ ਕਦੇ ਲਾਈ ਕੁੰਡੀ ਕਾਂਡੀ ਅੱਛਾ ਕਹਾਂਗੇ ਤਾਂ ਸਿੱਧਰੀ ਇਹਨੂੰ ਕੀ ਪਤਾ ਜਿਹਨੂੰ ਪੁੱਛ ਕੇ ਗਏ ਹੋ ਤੇ ਜਿਹਨੇ ਦੱਸਿਆ ਸੀ ਰੋਜ਼ ਲਾਉਂਦੇ ਹਾਂ ਕੁੰਡੀਆਂ ਉਹਨਾਂ ਨੂੰ ਕੀ ਪਤਾ ਤੂੰ ਸਿੱਧਰੀ ਹੈ ਗੋਗੀ ਹੈ ਤੂੰ ਹੈਂ ਕੁਛ ਨਹੀਂ ਚੱਲ ਤੂੰ ਅੰਦਰ ਹੁਣ ਆਣ ਕੇ ਮੈਂ ਆਪੇ ਦੇਖ ਲਾਂਗੀ ਠੀਕ ਹੈ ਕਿੱਡਾ ਦਿਮਾਗ ਖਾਂਦੀ ਹੈ